ਅਤਿ ਸਤਿਕਾਰਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀ, ਅੱਜ ਆਪਾਂ ਮਹਾਨ ਤਪੀਸ਼ਰ ਜੁਗਵੀਸ਼ਰਵਰ ਬ੍ਰਹਮ ਸਰੋਤਰੀ ਬ੍ਰਹਮ ਗਿਆਤਾ ਬ੍ਰਹਮ ਨਿਸ਼ਟੀਵਾਨ ਸਾਰਿਆਂ ਦੇ ਵਿੱਚ ਇੱਕੋ ਜਿਹਾ ਪਿਆਰ ਵੰਡਣ ਵਾਲੇ ਰਾਜੀ ਯੋਗੀ ਸ਼੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਮੋਨੀ ਤਪਾ ਰਾਜ ਮੋਹਾਲੀ ਵਾਲੇ, ਉਹਨਾਂ ਦੀ ਚਲਾਏ ਪ੍ਰਪਾਟੀ ਰਸਤੇ ਨੂੰ ਅੱਗੇ ਪਿਆਰ ਵਾਲੀਆਂ ਸੰਗਤਾਂ, ਸਮੁੱਚਾ ਪਰਿਵਾਰ ਮਹਾਂਪੁਰਸ਼ਾਂ ਦਾ, ਔਰ ਬਰਾੜ ਸਾਹਿਬ ਇੱਥੋਂ ਦੇ ਟਰੱਸਟੀ ਸਾਰੇ ਮੈਂਬਰ ਅਤੇ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ, ਜਿਹੜੇ ਉਸੇ ਰਸਤੇ ਨੂੰ ਅੱਗੇ ਵਧੇ ਵਧੀਆ ਢੰਗ ਨਾਲ ਸਾਰੇ ਜੁੜ ਕੇ ਮਹਾਂਪੁਰਸ਼ਾਂ ਦੇ ਰਸਤੇ 'ਤੇ ਡਿਊਟੀਆਂ ਜਿਵੇਂ ਜਿਵੇਂ ਮਹਾਰਾਜ ਡਿਊਟੀ ਦੇ ਰਹੇ ਨੇ ਉਸੇ ਤਰ੍ਹਾਂ ਬਜਾ ਰਹੇ ਨੇ। ਜੋ ਬਾਕੀ ਅਸੀਂ ਹਾਂ, ਅਸੀਂ ਤਾਂ ਇਸ ਦਰਦ ਦੇ ਮੰਗਤੇ ਹਾਂ, ਕਿਉਂਕਿ ਇਸ ਦਰ ਨੇ ਸਟੇਜ 'ਤੇ ਬੈਠਣਾ ਸਿਖਾਇਆ, ਇਸ ਦਰ ਨੇ ਕਿਰਪਾ ਕੀਤੀ ਹੈ ਤੁਹਾਡੇ 'ਤੇ ਹੋਰ ਢੰਗ ਨਾਲ, ਸਾਡੇ 'ਤੇ ਹੋਰ ਢੰਗ ਨਾਲ, ਹਰ ਵੱਖੋ ਵੱਖਰੇ ਜਿਵੇਂ ਜਿੱਤ ਜਿੱਤ ਪਾਣਾ ਤਿੱਤ ਤਿੱਤ ਲਾਈ, ਜਿਵੇਂ ਜਿਵੇਂ ਮਹਾਰਾਜ ਨੇ ਡਿਊਟੀਆਂ ਲਾਈਆਂ ਉਸੇ ਢੰਗ ਦੇ ਨਾਲ ਪਿਆਰ ਵੰਡ ਕੇ ਸੰਗਤਾਂ ਨੂੰ ਅੱਡੋ ਅੱਡੀ ਕੰਮ ਲਾਇਆ। ਸੰਤ ਮਹਾਰਾਜ ਤੁਸੀਂ ਕੀ ਨਹੀਂ ਜਾਣਦੇ, ਏਕ ਤੇ ਏਕਤਾ ਦੀ, ਪਿਆਰ ਦੀ ਕੋਈ ਖੇਡ ਰਚਾ ਦਿਓ। ਸਾਡੀਆਂ ਬਿਰਤੀਆਂ ਜਿਹੜੀਆਂ ਵੱਖ ਵੱਖ ਹੋਈ ਬੈਠੀਆਂ ਨੇ, ਇੱਕ ਰੂਪ ਕਰ ਦਿਓ ਮਹਾਰਾਜ, ਮੇਰੀ ਤਾਂ ਅਰਦਾਸ ਹੀ ਹੈ। ਸਮੇਂ ਹੁੰਦੇ ਹੈ ਜਦੋਂ ਸੰਤ ਮਹਾਰਾਜ ਬਾਬਾ ਸਾਧੂ ਰਾਮ ਜੀ ਸੱਚਖੰਡ ਗਏ ਹੈ ਨਾ, ਉਹਨਾਂ ਦੇ ਚਾਰ ਸਪੁੱਤਰ ਸੀ, ਉਹਨਾਂ ਚਾਰਾਂ ਦੇ ਵਿੱਚ ਕਿਸੇ ਢੰਗ ਦੇ ਨਾਲ ਫਰਕ ਪੈ ਗਿਆ। 50 ਸਾਲ ਦੀ ਤ੍ਰਾਸਦੀ ਅਸੀਂ ਬਹੁਤ ਔਖੀ ਕੱਟੀ, 50 ਸਾਲ ਕੋਈ ਛੋਟੀ ਗੱਲ ਨਹੀਂ। ਚੱਲਦੀ ਰਹੀ ਗੱਡੀ, ਇਸ ਤਰ੍ਹਾਂ ਦੇ ਵੀ ਹਾਲਾਤ ਆ ਗਏ ਸੀ ਕਿ ਸਾਧੂ ਰਾਮ ਹੁੰਦਾ ਸੀ, ਫਿਰ ਬਾਬਾ ਨਰਾਇਣ ਮੋਨੀ ਤਪਾ ਰਾਜ ਮੋਹਾਲੀ ਵਾਲੇ ਮਹਾਂਪੁਰਸ਼ਾਂ ਨੇ, ਮੈਂ ਐਂ ਦੀਵਾਨ 'ਚ ਬੈਠਾ ਸੀ ਅਤੇ ਮਹਾਂਪੁਰਸ਼ਾਂ ਨੇ ਕਿਵੇਂ ਦੁਨਿਆਵੀ ਕੱਪੜਿਆਂ 'ਚੋਂ ਕੱਢ ਕੇ ਰੂਹਾਨੀ ਵਸਤਰ ਬਖਸ਼ੇ। ਜੇ ਕੋਈ ਐੱਮ ਏ ਕਰਦਾ ਨਾ 16 ਸਾਲ ਲੱਗਦੇ ਆ, ਕੋਈ ਬੀ ਏ ਕਰਦਾ 14 ਸਾਲ ਲੱਗਦੇ ਆ, ਜੇ ਕੋਈ ਸੰਤ ਬਣਦਾ ਨਾ ਕਈ ਕਈ ਜਨਮ ਲੱਗਦੇ ਆ। ਵਾਹ ਬਾਬਾ ਮੋਨੀ ਜੀ, ਕੋਈ ਤਪੱਸਿਆ ਨਹੀਂ ਕੀਤੀ, ਕੋਈ ਬਾਜਾ ਨਹੀਂ ਵਜਾਇਆ, ਕੋਈ ਢੋਲਕ ਨਹੀਂ ਸਿੱਖੀ, ਕੋਈ ਚਿਮਟਾ ਨਹੀਂ ਸਿੱਖਿਆ, ਤੇਰੀ ਮੌਜ ਦੇ ਵਿੱਚੋਂ ਕਿਹੜੀ ਕਿਰਨ ਸੀ ਜਿਹੜੀ ਦਾਸਰਿਆਂ ਨੂੰ ਬਖਸ਼ ਕੇ ਬਾਜੀ 'ਤੇ ਬਿਠਾ ਦਿੱਤਾ? ਕਿਉਂਕਿ ਬਹੁਤ ਵੱਡੀ ਮੌਜ, ਜਿਵੇਂ ਮਹਾਂਪੁਰਸ਼ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਸਾਡੇ ਤਾਂ ਉਂਗਲ ਫੇਰੀ ਹੈ ਦਾਈ ਨੇ, ਇਹਦੇ ਤਾਂ ਬਾਂਹ ਫੇਰੀ ਹੋਈ ਹੈ। ਉਹ ਬਾਂਹ ਮੈਨੂੰ ਲੱਗਦਾ ਹਰਦੀਪ ਸਿੰਘ ਕੋਲ ਚੱਲੀ ਗਈ, ਉਹਨੂੰ ਉੱਥੇ ਮੇਰੀ ਆਵਾਜ਼ ਤਾਂ ਚੜ੍ਹਦੀ ਨਹੀਂ, ਕਿਉਂ ਸਮੇਂ ਸਮੇਂ ਦੇ ਰਾਗ ਹੁੰਦੇ ਹੈ। ਉਦੋਂ ਮੈਂ ਇਹਦੀ ਉਮਰ 'ਚ ਹੁੰਦਾ ਸੀ, ਉੱਥੇ ਜਾ ਰਹਿੰਦਾ ਸੀ। ਪਰ ਆਓ ਆ ਧਰਤੀ ਕੀ ਕਹਿੰਦੀ ਹੈ ਅੱਜ, ਇਸ ਧਰਤੀ 'ਤੇ ਆਪਾਂ ਸਾਰੀ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਪਿਆਰ ਨਾਲ ਇੱਕ ਬੇਨਤੀ ਕਰਦੇ ਹਾਂ, ਇੰਨਾ ਤਾਂ ਮੇਰਾ ਵੀ ਜ਼ੋਰ ਹੈਗਾ ਕਿ ਭਾਈ ਤੇਜ ਸਿਆਂ ਮਹਾਂਪੁਰਸ਼ਾਂ ਨੂੰ ਸਟੇਜ 'ਤੇ ਲੈ ਕੇ ਆ, ਮੇਰੀ ਮੰਨ ਲਓ ਜੀ, ਬਸ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜੇ ਕਹੋ ਪੱਗ ਰੱਖ ਦੇਣਾ, ਪਰ ਇੱਕ ਵਾਰ ਉਰੇ ਆ ਜਾਓ, ਮੇਰੇ ਤੋਂ ਹੋਣਾ ਨਹੀਂ ਕੀਰਤਨ, ਆ ਜਾਓ, ਕੋਈ ਗੱਲ ਨਹੀਂ, ਕੋਈ ਨਹੀਂ, ਸਾਰੀ ਤੁਹਾਨੂੰ ਪਿਆਰ ਦਿੰਦੇ ਆ, ਇਸੀ ਗੱਲ ਨਹੀਂ, ਆ ਜਾਓ। ਗੁਰੂ ਮਹਾਰਾਜ ਕਿਰਪਾ ਕਰਨ, ਜੈਕਾਰਾ ਲਾ ਦਿਓ ਸੰਗ 'ਤੇ ਭਾਈ, ਗੱਜ ਕੇ ਇਹਦੇ 'ਚ ਆਪਾਂ ਸਾਰੇ ਵੱਡੇ ਹਾਂ, ਕੋਈ ਛੋਟਾ ਨਹੀਂ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੱਜ ਬਾਬਾ ਸਾਧੂ ਰਾਮ ਜੀਆਂ ਦੀ ਬਰਸੀ ਹੈ, ਜਿਹੜੀ
वो टिब्बे च दो थां मनाई जा रही है, तीजा मैं मना रही हूं। जे कितने कट्ठे होके मनाउंदे असीं गुरांगी होर होना सी, कोई रंगी होर होना सी। इत्थे ऐसी कोई गल नहीं। एक मैं बेनती करूं संगत नूं कि तुसी कन्न कच्चे पीले जिना भरिया करो, तुसी जोड़न की गल करिया करो, क्योंकि जुड़न वर्गा आनंद नहीं। सवा धरती की कहती आओ पढ़िए सारे। आता धरती विरागन होई ਸਾਰਿਆਂ ਦੇ ਨੇਤਰਾਂ ਚ ਬਰਾਗ ਮੈਂ ਵੇਖ ਰਿਹਾ ਤੇ ਧਰਤੀ ਕਿਉਂ ਨੀ ਧਾਹਾਂ ਮਾਰਦੀ ਹੋਣੀ ਪਿਆਰੇ, ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੇ ਜਦੋਂ ਕੱਲ ਤੁਸੀਂ ਨਗਰ ਕੀਰਤਨ ਕੱਲ ਸੀਗਾ ਨਾ, ਕੱਲ ਜਦੋਂ ਨਗਰ ਕੀਰਤਨ ਇੱਥੇ ਆਪਣੇ ਦਰਾਜ ਦਰਾਕਾ ਦਰਾਜ ਇੱਥੇ ਚੌਂਕ ਦੇ ਵਿੱਚ ਮਹਾਂਪੁਰਸ਼ ਉਦੋਂ ਗੱਤਕਾ ਖੇਡ ਰਹੇ ਸੀ, ਉਦੋਂ ਮੈਂ ਵਿੱਚ ਸੀ। ਮਹਾਂਪੁਰਸ਼ ਗੱਤਕਾ ਖੇਡਦੇ ਖੇਡਦੇ ਆਪਣੇ ਬੁੱਲ ਟੁੱਕਣ ਲੱਗ ਗਈ, ਮੁਸ਼ਹਿਰਿਆਂ ਤੇ ਐਂ ਹੱਥ ਫੇਰਿਆ, ਦੋਨੇ ਕਿਰਪਾਨਾਂ ਹੱਥ 'ਚ ਨੇ। ਮੈਨੂੰ ਸਤਿਕਾਰਯੋਗ ਭੈਣ ਬੀਬਾ ਜਗਦੀਸ਼ ਕੌਰ ਕਹਿੰਦੇ, ਬਾਬਾ ਜੀ ਹੁਣ ਇਹ ਸਾਂਭਣਾ ਤੁਹਾਡਾ ਕੰਮ ਹੈ, ਸਾਤੋਂ ਨਹੀਂ ਸਾਂਭੀ ਜਾਣੀ। ਪਤਾ ਹੋਊ ਹੀ ਰਹੂ, ਕੋਲ ਰਹਿੰਦੇ ਸੀ। ਚੰਡੀ ਦਾ ਪਹਿਰਾ ਆ ਗਿਆ ਮਹਾਰਾਜ ਤੇ। ਮਹਾਂਪੁਰਸ਼ਾਂ ਖੇਡਦੇ ਖੇਡਦੇ ਜਦੋਂ ਥੋੜਾ ਜਿਹਾ ਲੜਕਣ ਲੱਗੇ, ਕੁਦਰਤੀ ਮੈਂ ਬਾਂਹ ਅੱਗੇ ਕਰ ਦਿੱਤੀ, ਬਾਂਹ 'ਚ ਆ ਗਏ। ਮੈਨੂੰ ਕਹਿੰਦੇ ਗੱਡੀ ਕੱਢ ਛੇਤੀ ਆਪਣੀ, ਮੇਰੇ ਵਾਲੀ ਗੱਡੀ ਦੇ ਸੰਗਤ ਮਗਰ ਭੱਜੂ, ਛੇਤੀ ਕੱਢ। ਗੱਡੀ ਕੱਢੀ ਗਈ, ਵਿੱਚ ਬਹਿ ਗਏ, ਕਹਿੰਦੇ ਸਿੱਧਾ ਸਥਾਨ 'ਤੇ ਲੈ ਜਾਓ। ਇੱਥੇ ਇੱਥੇ ਅਸੀਂ ਆ ਗਏ, ਉਹ ਪਿੱਛੇ ਹੀ ਗੱਡੀ ਖੜਾ ਦਿੱਤੀ। ਉਹ ਪਿੱਛੋਂ ਦੀ ਸੰਗਤਾਂ ਨੂੰ ਕਹਿੰਦੇ ਵੀ ਸਾਡੇ ਪਿੱਛੇ ਨਹੀਂ ਆਉਣਾ ਕਿਸੇ ਨੇ। ਉਦੋਂ ਇਹ ਲੰਗਰ ਹਾਲ ਦੀ ਨੀਂਹ ਪੱਟੀ ਹੋਈ ਸੀ, ਉਦੋਂ ਦੀ ਗੱਲ ਹੈ ਇਹ। ਤੇ ਮਹਾਂਪੁਰਸ਼ਾਂ ਨੇ ਮੇਰੀ ਬਾਂਹ ਵਿੱਚ ਬਾਂਹ ਪਾ ਲਈ। ਮੈਂ ਤਾਂ ਕਿਉਂ ਨਾ ਬਾਂਹ ਪਾਉਣ ਵਾਲਾ,
और पाखी है घूम के लिजा के मैनू वह खूह ते ले गए जिथे महापुरशां नू बहुत औखा है संत कहाउणा। महापुरशां ने कहा भी कहिंदे टिब्बे वालिआ इह जिहा समां भी आया सी मैनू चक के आ खूह विच सिट दित्ता सी लोकां ने मौन धारिआ चलो समा बनिया संगतां प्रसादे लेके आईआं लभदे लभदे उत्थे पहुंचिआ पोहला महीना आ इत्थों महापुरशां नू कढिआ गिआ कई दिनां बाद हो चाई कहिंदे फिर मैनू आ तूत दीआं मैं पत्ते तोड़ के खाया करदा सी उह तूत ऐ काफ़ी भारी सी ऐ फटिआ होइआ सी महापुरशां ने अपना सिर मारिआ विच कहिंदे मैं तेरी सार नहीं लै सकिया तू मैनू भुखे नू तूतियां दिंदा सी पत्ते दिंदा सी महापुरशां ने आई के फड़िया बस उदों मैं वेख्या भी कोई बख्श हैगी आ कोई बख्श ऐ महापुरशां ने नाल जोड़ के कहता टुट ना जुड़िया रह उन्हें तो दरख्त जोड़ते प्यारे जुड़िया रह टुट ना और तूत जुड़ गया फिर मैनू जंडी थले लै गए जंड थले कहिंदे मैं इहदियां फलियां खांदा हुंदा सी उत्थों महापुरश फिर उत्थे भी लै गए जिथे तप कीता सी उत्थे झाड़ियां दो पईआं खड्ड मूहरे महां ते वैसे ही होणा जदों चाके परे कीतियां ते विच इक न्यौला सी इक सप सी बहुत भारी दुन्ने भज्जे आए और गुरमुख प्यारे हो मैनू इउं लग्गिआ जिवें आए कहिंदे ने घर परमेश्वर आया साडे घर परमेश्वर आया घर परमेश्वर आया घर परमेश्वर महापुरशां नूं कहिंदे हुंदे सानूं कल्ला छड्ड के कित्थे चलिया गया जिवें अज आपां हुण असीं इत्थों चले आं पर अगे तो चावां नाल आउंदे सी महापुरशां बैठे होणगे अज तां लभदे ही नहीं कितें सारिआं नूं महापुरश बैठे ने सारे ही लभ रहे आपां कहिंदा कल्ले कल्ले लभ सारे ही लभ रहे महापुरश कहिंदे कोई नहीं मैं हुण गेड़ा मारदा रहूं तुसीं आराम करो हैरान दी गल आ दोवें पिछे मुड़ गए जिहड़े अखां वेखीआं मैं महाराज दी हजूरी च बैठ के गल कह रहा इह वापस मुड़ गए उदों बाद गुरमुख प्यारिओ महापुरश फिर इत्थे आ जांदे ने लंगर बहुत चौड़ी न्यो पट्टी हुई उहदे विच वड़ गए मूहरे ने पिछे असीं आ इक किट जी कढ़ी मैनू कहिंदे टिब्बे वालिआ वेखी तां सच जाणिओ बिना थम्मा तो इक वड्डा हाल विखदा
ਭਰਿਆ ਪਿਆ ਨੱਕੋ ਨੱਕ, ਕਹਿੰਦੇ ਇੱਥੇ ਇੰਨਾ ਰਾਸ਼ਨ ਆਇਆ ਕਰੂਗਾ ਤੇ ਸੰਗਤਾਂ ਰੱਜ ਰੱਜ ਕੇ ਛੱਕ ਕੇ ਜਾਇਆ ਕਰਨਗੀਆਂ। ਫੇਰ ਮੁੜੇ ਫੇਰ ਜਿਹੜੀ ਇੱਟ ਗੱਡੀ ਸੀ ਮੈਂ ਦੇਖਾਂ ਦੁਬਾਰਾ, ਜਦੋਂ ਮੈਂ ਦੁਬਾਰਾ ਦੇਖਿਆ ਉੱਥੇ ਕੁਛ ਵੀ ਨਾ। ਇਸ ਕਰਕੇ ਉਹ ਮਹਾਂਪੁਰਸ਼ ਸਨ ਪਿਆਰਿਓ, ਕਿਉਂਕਿ ਮਹਾਂਪੁਰਸ਼ ਬੈਠੇ ਨੇ ਬਹੁਤ, ਮੈਂ ਬਾਹਲਾ ਸਮਾਂ ਲੈ ਲਵਾਂ ਤੋ ਮੈਂ ਮਹਾਂਪੁਰਸ਼ਾਂ ਦੀ ਆਗਿਆ ਹੇਠ ਇੱਕ ਬੇਨਤੀ ਕਰਨ ਲੱਗਿਆ ਜੋ ਮੈਨੂੰ ਅੰਮ੍ਰਿਤ ਵੇਲੇ ਅੱਜ ਦਿਸੀ ਹੈ। ਬੀਬੀਆਂ ਕਹਿੰਦੀਆਂ ਨੇ ਜੇ ਮੈਨੂੰ ਮੁੰਡਾ ਮਿਲ ਜੇ ਮੈਂ ਬਾਬਿਆਂ ਦੀਆਂ ਪੰਜ ਮੱਸਿਆ ਤੇ ਜਾਊਂ ਜਾਂ ਪੰਜ ਸੰਗਰਾਂਦਾ ਤੇ ਜਾਊਂ, ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ, ਇਹਨਾਂ ਦਾ ਏਕਾ ਹੋ ਜੇ ਮੈਂ 12 ਸੰਗਰਾਂਦਾ ਇੱਥੇ ਦੀਵਾਨ ਲਾਊਂ 12। ਦੂਰੀਦਾਰੀ ਕੋਈ ਨਹੀਂ ਹੈਗੀ ਮੇਰੇ ਵਰਗੇ ਬਚਾਲ ਲਈ ਖਰਾਬ ਕਰੀ ਜਾਂਦੇ ਨੇ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਲੈ ਇੱਕ ਗੱਜ ਕੇ ਜਕਾਰਾ ਲਾ ਦੋ, ਸਾਰੇ ਖੁਸ਼ ਨੇ। ਬੇਬੇ ਨੇ ਸੰਦੂਖ ਖੋਲਤਾ ਅੱਗੇ ਕੱਪੜੇ ਚੱਕਣੇ, ਚੱਕੋ ਨਹੀਂ ਚੱਕਣੇ ਨਾ ਚੱਕੋ, ਮੈਨੂੰ ਤਾਂ ਜੋ ਆਰਡਰ ਸੀ ਮੈਂ ਤਾਂ ਕਰਤਾ। ਹੁਣ ਬੇਨਤੀ ਹੈ ਮਹਾਂਪੁਰਸ਼ ਗੁਰਮੁਖ ਪਿਆਰਿਓ, ਜਦੋਂ ਬਾਹਰ ਆਏ ਕਹਿੰਦੇ ਟਿੱਬੇ ਵਾਲਿਆ ਜਿੱਦੇ ਤੈਨੂੰ ਆਪ ਦਾ ਪਤਾ ਲੱਗ ਗਿਆ ਮਹਾਰਾਜ ਹੁਣੀ ਦੱਸ ਦਿਓ, ਮਾਂ ਜਿੱਦੇ ਪਤਾ ਲੱਗ ਗਿਆ ਹੋਮੇ ਆਜੂ ਹੁਣੀ ਦੱਸ ਦਿਓ ਕੁਛ। ਬਸ ਮਹਾਂਪੁਰਸ਼ ਅੱਗੇ ਚੱਲੇ ਗਿਆ, ਮੈਂ ਕੋਈ ਵਾਰਤਾ ਪੜ੍ਹਨੀ ਹੈ ਲੈ ਲਿਓ ਲਾਹਾ, ਉਹਨਾਂ ਵਾਲੀ ਮੌਜ ਵਰਤਾ ਦਿਓ, ਜਿਹਨੇ ਚੱਕਣਿਆ ਚੱਕੇ ਲੈ ਜਾਓ, ਜਿਹਨੇ ਰੱਖਣਿਆ ਰੱਖ ਦਿਓ। ਆਹ ਦੇਖ ਲਓ ਮੀਡੀਆ ਵਾਲੇ ਵੀਰ ਰੋਜ਼ ਆਪਾਂ ਨੂੰ ਦਰਸ਼ਨ ਕਰੋ, ਉਹਦਾ ਰੱਖ ਕੇ ਪਹਿਲਾ ਨੰਬਰ ਹੁੰਦਾ ਹੈ, ਮਗਰ ਉਹਦਾ ਮੰਗਰ ਹੀ ਰਹਿ ਜਾਓ, ਐਵੇਂ ਟੱਕਰਾਂ ਮਾਰੋਗੇ ਇੱਕ ਦੂਜੇ ਵਿੱਚ ਆ ਜਾਓ ਜਿੱਥੋਂ ਆਇਆ ਜਾਂਦਾ। ਹਰ ਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣਾ।
कृपा करियो महाराज अपनी सारी संगत नूं निहाल रखो इलाके ते इसी तरह कृपा बना के रखो सब कुछ तुहाडे हाथ आ महाराज अज कहड़ा किते गए हो विच ही हो क्योंकि प्यारियो याद रखियो किसी नूं गुरमुख बनाउणा बहुत औखा है गुरमुख बनाउणा बहुत औखा है जे गुरमुखों अगली पोजीशन संत दी है संत ता आप ही बनना बहुत औखा है पर मैनू लगदा किन्ने ललतों वाले महापुरश होर किन्ने महापुरश उहनां दे साजे हुए बाबा महिंदर सिंह बैठे है किन्ने बैठे ने उह ता संत बनाउण वाले भी उह गुरमुख बनाउण वाले भी उह सेवादार बनाउण वाले भी उह फिर उह की सी ब्रह्म ज्ञानी को खोजे महेश्वर नानक ब्रह्म ज्ञानी आप परमेश्वर चुका दी माफी बख्शनी बारह मस्या मैं इत्थे दवान लाउण आया करूं जो वचन कर दिता टाइम मैनू प्रबंधक दस देण उतों दस मिनट नहीं अद्धा घंटा पहला आया करूं क्योंकि अंदरों की फुरना जो फुरजे फिर अंदर ना रखे अंदर तक खराब करन लग जांदा बाहर कढ़ दे वी सो फतेह बुलाओ वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह सो धन्यवाद है संत बाबा सुखविंदर सिंह जी टिब्बे वाली सो जिन्हां ने महापुरशां दी याद विच पहुँच के हाजरियां भरियां हन सो हुण सत्कारयोग संत